ਸਿਹਤ ਮੰਤਰਾਲੇ ਦੀ ਜਨਤਾ ਨੂੰ ਐਮਰਜੈਂਸੀ ਨੋਟੀਫਿਕੇਸ਼ਨ ਹੈ ਕਿ ਇਸ ਵਾਰ ਕੋਰੋਨਾ ਵਾਇਰਸ ਫਲੂ ਦਾ ਫੈਲਣਾ ਬਹੁਤ ਗੰਭੀਰ ਅਤੇ ਘਾਤਕ ਹੈ। ਇੱਕ ਵਾਰ ਤੁਹਾਡੇ ਲਾਗ ਲੱਗ ਜਾਣ 'ਤੇ ਇਸ ਦਾ ਕੋਈ ਇਲਾਜ ਨਹੀਂ ਹੁੰਦਾ। ਇਹ ਚੀਨ ਤੋਂ ਵੱਖ ਵੱਖ ਦੇਸ਼ਾਂ ਵਿੱਚ ਫੈਲ ਰਿਹਾ ਹੈ। ਰੋਕਥਾਮ ਦਾ ਤਰੀਕਾ ਹੈ ਕਿ ਆਪਣੇ ਗਲੇ ਨੂੰ ਨਮੀ ਰੱਖੋ, ਗਲੇ ਨੂੰ ਸੁੱਕਣ ਨਾ ਦਿਓ, ਕਿਉਂਕਿ ਇੱਕ ਵਾਰ ਜਦੋਂ ਤੁਹਾਡੇ ਗਲੇ ਦੀ ਝਿੱਕੀ ਸੁੱਕ ਜਾਂਦੀ ਹੈ ਤਾਂ ਵਾਇਰਸ 10 ਮਿੰਟ ਦੇ ਅੰਦਰ ਅੰਦਰ ਤੁਹਾਡੇ ਸਰੀਰ ਵਿੱਚ ਆ ਜਾਵੇਗਾ। ਹਰ ਵਾਰ ਅੱਧਾ ਕੱਪ ਗਰਮ ਪਾਣੀ ਪੀਓ ਜਦੋਂ ਤੁਸੀਂ ਮਹਿਸੂਸ ਕਰੋ ਕਿ ਤੁਹਾਡਾ ਗਲਾ ਸੁੱਕਾ ਹੈ, ਅਤੇ ਇੰਤਜ਼ਾਰ ਨਾ ਕਰੋ। ਇੱਕ ਸਮੇਂ ਬਹੁਤ ਜ਼ਿਆਦਾ ਨਾ ਪੀਓ ਕਿਉਂਕਿ ਇਹ ਮਦਦ ਨਹੀਂ ਕਰਦਾ। ਇਸ ਦੀ ਬਜਾਏ ਗਲੇ ਨੂੰ ਨਮੀ ਵਿੱਚ ਰੱਖੋ। ਮਾਰਚ 2020 ਦੇ ਅੰਤ ਵਿੱਚ ਭੀੜ ਵਾਲੀਆਂ ਥਾਵਾਂ 'ਤੇ ਨਾ ਜਾਓ। ਖਾਸ ਤੌਰ 'ਤੇ ਰੇਲ ਜਾਂ ਜਨਤਕ ਆਵਾਜਾਈ ਵਿੱਚ ਜ਼ਰੂਰਤ ਅਨੁਸਾਰ ਮਾਸਕ ਪਾਓ। ਤਲੇ ਹੋਏ ਜਾਂ ਮਸਾਲੇਦਾਰ ਭੋਜਨ ਤੋਂ ਬਚੋ ਅਤੇ ਵਿਟਾਮਿਨ ਸੀ ਲੋਡ ਕਰੋ। ਕੋਰੋਨਾ ਵਾਇਰਸ ਦੇ ਲੱਛਣ ਕੁਝ ਇਸ ਪ੍ਰਕਾਰ ਹਨ। ਤੇਜ਼ ਬੁਖਾਰ, ਬੁਖਾਰ ਤੋਂ ਬਾਅਦ ਲੰਬੇ ਸਮੇਂ ਤੱਕ ਖੰਘ, ਬਾਲਗ ਆਮ ਤੌਰ 'ਤੇ ਬੇਚੈਨੀ ਮਹਿਸੂਸ ਕਰਦੇ ਹਨ, ਅਤੇ ਸਿਰਦਰਦ ਅਤੇ ਮੁੱਖ ਤੌਰ 'ਤੇ ਸਾਹ ਨਾਲ ਸੰਬੰਧਿਤ ਬਿਮਾਰੀਆਂ। ਬਿਊਰੋ ਰਿਪੋਰਟ, ਆਵਾਜ਼ ਏ ਕੌਮ ਟੀਵੀ।